ਵੈਲਕਮ ਜੀ ਆਇਆਂ ਨੂੰ ਗੱਲ ਬਾਤ ਜ਼ਰੂਰ ਯਾਦ ਰੱਖਣੀ ਹੈ ਅਗਰ ਇੰਸ਼ੋਰੈਂਸ ਕੇਸ ਹੋ ਜਾਏ ਗੱਡੀ ਦੇ ਡਰਾਈਵਰ ਤੇ ਪਵੇਗਾ ਔਰ ਗੱਡੀ ਦੇ ਮਾਲਕ ਤੇ ਪਵੇਗਾ ਅਗਰ ਜੇਲ ਕੇਸ ਹੋ ਜਾਏ ਫਿਰ ਸਿਰਫ ਗੱਡੀ ਦੇ ਡਰਾਈਵਰ ਤੇ ਪਵੇਗਾ ਜੀ ਕਿਉਂਕਿ ਮਾਲਕ ਦਾ ਫਿਰ ਕੋਈ ਕਸੂਰ ਨਹੀਂ ਹੋਣਾ ਲਾ ਰਿਸਪੌਂਸਿਬਿਲਟੀ ਅਗਰ ਜ਼ਿੰਮੇਵਾਰੀ ਬਣ ਗਈ ਤੁਹਾਡੇ ਤੇ ਦਾਨੀ ਨੁਕਸਾਨ ਦੀ ਜੋ ਤੁਸੀਂ ਕੋਨੇਸੀ ਕੀਤਾ ਚਿਰਕੁਲਾਸਿਓਨੇ ਠੀਕ ਹੈ ਟ੍ਰੈਫਿਕ ਦੇ ਚਲਦੇ ਦੇ ਦਰਮਿਆਨ ਜੋ ਤੁਸੀਂ ਨੁਕਸਾਨ ਕੀਤਾ ਹੈ ਵੇਈ ਕੋਲੀ ਟੂ ਦੀ ਗੱਡੀ ਨੇ ਕੀਤਾ ਹੈ ਇੱਕ ਕਾਰੀ ਕੋ ਪੈ ਜਾਏਗਾ ਕੋਨ ਦੂ ਚੈਨ ਤੇ ਡਰਾਈਵਰ ਤੇ ਵੀ ਪੜੇਗਾ ਔਰ ਪ੍ਰੋਪਰੀ ਉਤਾਰੀ ਉਹ ਦਿਲ ਵੇਈ ਕੋਲੀ ਗੱਡੀ ਕੇ ਮਾਲਕ ਵੀ ਪੜੇਗਾ ਜੀ ਠੀਕ ਹੈ ਗੱਡੀ ਚਲਾਉਂਦਾ ਜੋ ਤੁਹਾਡਾ ਨੁਕਸਾਨ ਹੋਇਆ ਹੈ ਇਹ ਕਿਤੇ ਤੇ ਪਵੇਗਾ ਡਰਾਈਵਰ ਤੇ ਵੀ ਪੜੇਗਾ ਔਰ ਪ੍ਰੋਪਰੀ ਉਤਾਰੀ ਉਹ ਦਿਲ ਵੇਈ ਕੋਲੀ ਗੱਡੀ ਤੇ ਮਾਲਕ ਤੇ ਪਵੇਗਾ ਸੇਸੀ ਤਰਾਤਾ ਇਹ ਗੱਲ ਬਣੀ ਹੈ ਰਿਸਪੋਂਸਿਬਿਲਿਟੀ ਦਾ ਚਿਵੀਲੇ ਅਗਰ ਇੰਸ਼ੋਰੈਂਸ ਖਾਤਾ ਹੈ ਤਾਂ ਇੰਸ਼ੋਰੈਂਸ ਕੇਸ ਦੇ ਅੰਦਰ ਗੱਡੀ ਦਾ ਮਾਲਕ ਹੀ ਜਾਏਗਾ ਔਰ ਗੱਡੀ ਦਾ ਡਰਾਈਵਰ ਫਸੇਗਾ ਜੀ ਕੱਲ ਠੀਕ ਹੋ ਗਈ ਗੱਲ ਨੂੰ ਵੇਰਵਾ ਕਰ ਦਿਓ ਦੋ ਨੰਬਰ ਚਾਓ ਲਾ ਰਿਸਪੌਂਸਬਿਲਿਟੀ ਜੋ ਜ਼ਿੰਮੇਦਾਰੀ ਹੁੰਦੀ ਹੈ ਦਾਨੀ ਨੁਕਸਾਨ ਦੀ ਜੋ ਟੋੜੇ ਕੋ ਕੁਨੇਸੀ ਹੋ ਜਾਂਦਾ ਹੈ ਸਰਕੂਲੇਸ਼ਨ ਨੇ ਟ੍ਰੈਫਿਕ ਦੇ ਚੱਲਦੇ ਆ ਦਰਮਿਆਨ ਵੇਹਿਕਲ ਜੋ ਟੋੜੀ ਗੱਡੀ ਨੁਕਸਾਨ ਕਰਦੀ ਏ ਇਹ ਕਾਰੀ ਕੋ ਪੈ ਜਾਏਗਾ ਦਿਲ ਕੁੰਦ ਚੈਂਤੇ ਡਰਾਈਵਰ ਸਾਹਿਬ ਦਿਲ ਵੇਹਿਕਲ ਗੱਡੀ ਦੇ ਡਰਾਈਵਰ ਤੇ ਪੈਗਾ ਅਗਰ ਰਿਸਪੌਂਸਿਬਿਲਟੀ ਤਾਂ ਪੈਨਾਲੇ ਪੈਨਾਲੇ ਕਹਿੰਦੇ ਨੇ ਜੇਲ੍ਹ ਕੇਸ ਹੋ ਜਾਏ ਚਵੀਲੇ ਕਹਿੰਦੇ ਨੇ ਇੰਸ਼ੋਰੈਂਸ ਕੇਸ ਹੋ ਜਾਏ ਅਗਰ ਜੇਲ੍ਹ ਕੇਸ ਹੋ ਜਾਏ ਤਾਂ ਗੱਡੀ ਦੇ ਡਰਾਈਵਰ ਤੇ ਹੀ ਪੜੇਗਾ ਜੋ ਗੱਡੀ ਚਲਾ ਰਿਹਾ ਸੀ ਸਟੂਡੈਂਟ ਦੋ ਸਵਾਲ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਅਗਰ ਇੰਸ਼ੋਰੈਂਸ ਖਾਤਾ ਹੋ ਜਾਏ ਕਿਦੇ ਕਿਦੇ ਤੇ ਪੜੇਗਾ ਜੀ ਡਰਾਈਵਰ ਤੇ ਹੋਰ ਗੱਡੀ ਦੇ ਮਾਲਕ ਤੇ ਵੀਰੋ ਜੀ ਅਗਰ ਜੇਲ੍ਹ ਕੇਸ ਹੋ ਜਾਏ ਜੇਲ੍ਹ ਕੇਸ ਕਿਦੇ ਤੇ ਪਵੇਗਾ द्रेवर सिर्फ ड्राइवर ਤੇ सिर्फ ड्राइवर ਤੇ ਵੈਰੀ ਗੁੱਡ ਇਹ ਦੋ ਸਵਾਲ ਇਹਦੇ ਬਾਰੇ ਨੇ ਜੀ ਠੀਕ ਹੈ ਕਿਹੜਾ ਮੁਸ਼ਕਲ ਇੰਸ਼ੋਰੈਂਸ ਆਸਾਨ ਆਸਾਨ ਸਾਰਾ ਸਾਰ ਚੱਲਦੇ ਰਹਿਣਾ ਇਨਸ਼ਾਅੱਲਾ ਕੋਈ ਚੀਜ਼ ਮੁਸ਼ਕਲ ਨਹੀਂ ਤਿੰਨ ਨੰਬਰ ਸਵਾਲ ਚ ਆਜੋ ਜੀ ਤਿੰਨ ਨੰਬਰ ਸਵਾਲ ਦੇ ਅੰਦਰ ਆਜੋ ਅੱਛਾ ਭਈ ਮੈਂ ਆਗੇ ਆਖਿਆ ਸੀ ਨਾ ਮਾਲਕ ਵਾਝ ਸਕਦਾ ਹੈ ਅਗਰ ਮਾਲਕ ਗੱਡੀ ਦਾ ਕੀ ਆਖੇ ਗੱਡੀ ਉਹਦੀ ਕਿਸ ਤਰ੍ਹਾਂ ਕੀਤੀ ਹੈ ਵਾਝ ਸਕਦਾ ਹੈ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਠੀਕ ਹੈ ਚੋਰੀ ਹੋ ਗਈ ਚੋਰੀ ਹੋ ਗਈ ਹੈ ਮਰਜ਼ੀ ਦੇ ਖਿਲਾਫ ਕੀ ਹੈ ਰਿਸਪੌਂਸਬਿਲੀਟੀ ਤਾਂ ਜੋ ਜ਼ਿੰਮੇਵਾਰੀ ਹੁੰਦੀ ਦਾਨੀ ਨੁਕਸਾਨ ਦੀ ਜੋ ਕੋਨੇਸੀ ਪੈਂਦਾ ਹੈ ਸਰਕੂਲਸਿਓ ਨੇ ਟ੍ਰੈਫਿਕ ਦੇ ਚਲਦਿਆਂ ਦਰਮਿਆਨ ਜੋ ਵਹੀਕਲ ਟੁੱਟੀ ਗੱਡੀ ਕਰਦੀ ਏ ਨੋਨੇ ਕਾਰੀ ਕੋ ਨੁਕਸਾਨ ਨਹੀਂ ਪਵੇਗਾ ਪ੍ਰੋਪ੍ਰਾਇਟਰਿਓ ਦਿਲ ਵਹੀਕਲੋ ਗੱਡੀ ਦੇ ਮਾਲਕ ਦੇ ਸੇ ਪ੍ਰੋਵਾ ਅਗਰ ਕਹਿ ਦੇ ਕਿ ਸਰਕੂਲਸਿਓ ਨੇ ਜੋ ਇਹਦੀ ਗੱਡੀ ਚੱਲ ਰਹੀ ਏ ਆਵਿਨੂਤਾ ਕੋਈ ਲੈ ਗਿਆ ਸੀ कौन त्रोला सुहा बलौंता मर्जी के खिलाफ कोई गड्डी लै गया सी, ठीक है ड्रैवर साहब बच सदन ने अगर ड्रैवर साहब एक कह देन उन्होंने गड्डी जड़ी कौन त्रोला सुहा बलौंता उन्होंने मर्जी के खिलाफ लै गया है तो का मालिक बच सद जी ठीक है वालम असलम जी अच्छा कौन त्रोलासुआ बलौंता किसी सुवाल के अंदर आ जाए जी किसी सुवाल के, के? आखिर पर कौन त्रोला सुहा बलौंता आ जाए इसका एक ही सवाल है और एक क्या है कि वे रोज ਕੰਟਰੋਲ ਲਾ ਸੁਆ ਬੁਲੰਤਾ ਮਰਜ਼ੀ ਦੇ ਖਿਲਾਫ ਵਿੱਚ ਅੱਛਾ ਸਟੂਡੈਂਟ ਇੱਕ ਸਵਾਲ ਮੈਂ ਤੁਹਾਡੇ ਕੋਲ ਹੋਰ ਪੁੱਛਾਂਗਾ ਅਗਰ ਜੇਲ ਕੇਸ ਹੋ ਜਾਏ ਜੇਲ ਕੇਸ ਗੱਡੀ ਦੇ ਮਾਲਕ ਤੇ ਪਵੇਗਾ ਔਰ ਗੱਡੀ ਦੇ ਡਰਾਈਵਰ ਤੇ ਪਵੇਗਾ ਸਵਾਲ ਵੇਰ ਹੋਏ ਕਿ ਫਾਲਸ ਕੱਲੇ ਕੱਲੇ ਡਰਾਈਵਰ ਤੇ ਪਵੇਗਾ ਵੈਰੀ ਗੁੱਡ ਬਹੁਤ ਅੱਛੇ ਜੀ ਦਾ ਰਿਸਪੋਨਸਿਬਿਲਟੀ ਜੋ ਜ਼ਿੰਮੇਵਾਰੀ ਬਣਤੀ ਹੈ ਦਾਨੀ ਨੁਕਸਾਨ ਦੀ ਜੋ ਕੁਨੇਸੀ ਤੁਸੀਂ ਕਰਦੇ ਹੋ ਸਰਕੂਲੇਸ਼ਨੇ ਗੱਡੀ ਦੇ ਚਲਦਿਆਂ ਦਰਮਿਆਨ ਵਹੀਕਲ ਜੇ ਤੁਹਾਡੀ ਗੱਡੀ ਨੁਕਸਾਨ ਕਰਦੀ ਹੈ ਇਹ ਕਾਰੀ ਕੋ ਪਹ ਜਾਏਗਾ ਪ੍ਰੋਪ੍ਰਾਇਟਾਰੀਓ ਦੇ ਵਹੀਕਲ ਉਹ ਗੱਡੀ ਦੇ ਮਾਲਕ ਤੇ ਪਹ ਜਾਏਗਾ ਅਗਰ ਇਸਪੌਂਸਰਬਿਲਿਟੀ ਦਾ ਪੈਨਾਲੇ ਜੇਲ੍ਹ ਕੇਸ ਹੋ ਗਿਆ ਜੇਲ੍ਹ ਕੇਸ ਹੋ ਗਿਆ ਗੱਡੀ ਦੇ ਮਾਲਕ ਨਹੀਂ ਬਈ ਜੋ ਡਰਾਈਵਰ ਚਲਾ ਰਿਹਾ ਸੀ ਉਹਦੇ ਤੇ ਜੇਲ੍ਹ ਕੇਸ ਹੋਵੇਗਾ ਅਗਰ ਇਨਸ਼ੋਰਸ ਹੋ ਗਈ ਏ ਤਾਂ ਇਨਸ਼ੋਰਸ ਗੱਡੀ ਦੇ ਡਰਾਈਵਰ ਦੇ ਔਰ ਗੱਡੀ ਦੇ ਮਾਲਕ ਦੋਨਾਂ ਤੇ ਪਵੇਗੀ ਗੱਡੀ ਦਾ ਮਾਲਕ ਬਾਸ ਸਕੀਏ ਅਗਰ ਆਖੇ ਮੇਰੀ ਮਰਜ਼ੀ ਤੋਂ ਖਿਲਾਫ ਗਈ ਹੈ ਜੀ ਅਗਰ ਜੇਲ ਕੇਸ ਹੋ ਗਿਆ ਜੇਲ ਜੋ ਗੱਡੀ ਦਾ ਡਰਾਈਵਰ ਚਲਾ ਰਿਹਾ ਉਹਦੇ ਤੇ ਹੀ ਪਵੇਗੀ ਜੀ ਠੀਕ ਹੈ ਇਹ ਨਾਰਮਲ ਜੀ ਗੱਲਾਂ ਬਾਤਾਂ ਨੇ ਸਵਾਲ ਨੰਬਰ 5 ਚ ਆ ਜੋ 5 ਨੰਬਰ ਸਵਾਲ ਮੈਂ ਪੜਾਵਾਂਗਾ ਜ਼ਰੂਰ ਲੇਕਿਨ ਗਲਤੀ ਤੁਸੀਂ ਕਰਨੀ 5 ਨੰਬਰ ਸਵਾਲ ਵੀ ਇਨਸ਼ਾਅੱਲਾ ਪੰਜ ਨੰਬਰ ਕਹਿੰਦਾ ਲਾ ਰਿਸਪੌਂਸਬਿਲਿਟੀ ਦਾ ਜੋ ਜ਼ਿੰਮੇਦਾਰੀ ਹੈ ਜੋ ਤੁਸੀਂ ਦਾਨੀ ਨੁਕਸਾਨ ਕਰਦੇ ਹੋ ਕੋਨੇ ਸਿੱਧਾ ਚਰਕੂਲੇਸ਼ਨ ਨੇ ਟ੍ਰੈਫਿਕ ਦੇ ਚੱਲਦੇ ਦਰਮਿਆਨ ਤੁਹਾਡੀ ਜ਼ਿੰਮੇਦਾਰੀ ਬਣ ਜਾਂਦੀ ਹੈ ਅਗਰ ਤੁਸੀਂ ਉਸੇ ਨੁਕਸਾਨ ਕਰਦੇ ਹੋ ਵਹੀ ਕੁਲੀ ਗੱਡੀ ਦਾ ਇਹ ਗੱਡੀ ਦਾ ਜੋ ਕਾਰੀ ਕੋ ਫਿਰ ਪੈ ਜਾਏਗਾ ਅਗਰ ਕਿਸੇ ਦਾ ਨੁਕਸਾਨ ਕਰੋਗੇ ਸੋਲੋ ਸਿਰਫ ਕੌਨ ਦੋ ਚੈਂਤੇ ਡਰਾਈਵਰ ਤੇ ਪਵੇਗਾ ਵਹੀ ਕੁਲੀ ਗੱਡੀ ਤੇ ਸੋਨੋ ਸਤਾਤੀ ਅਗਰ ਉਸ ਡਰਾਈਵਰ ਨੇ ਨਦਾਨੀ ਨੁਕਸਾਨ ਕੀਤਾ ਹੈ ਕੋਜ਼ੇ ਸਮਾਨ ਦਾ ਅਗਰ ਸਮਾਨ ਦਾ ਨੁਕਸਾਨ ਹੋ ਗਿਆ ਕਿ ਆ ਸਿਰਫ ਡਰਾਈਵਰ ਤੇ ਪਵੇਗਾ ਜੀ ਨੇ ਜੀ ਗੱਡੀ ਦੇ ਮਾਲਕ ਤੇ ਪਵੇਗਾ ਜੀ ਗੱਡੀ ਦੇ ਮਾਲਕ ਵਿਚ ਫਸੇਗਾ ਠੀਕ ਹੋ ਗਿਆ ਜੀ ਲਓ ਜੀ ਪੰਜ ਸਵਾਲ ਨੇ ਤਿੰਨ ਬੇਰੋ ਨੇ ਦੋ ਫਾਲਸਨ ਮੇਰੇ ਖਿਆਲ ਨਾਲ ਇਹਨਾਂ ਨੂੰ ਯਾਦ ਕਰ ਲਓ ਬਹੁਤ ਆਸਾਨ ਜਿਹਾ ਸਵਾਲ ਹੈ ਗੱਡੀ ਦੇ ਡਰਾਈਵ ਗੱਡੀ ਦੇ ਮਾਲਕ ਨੇ ਅੱਧਿਆ ਜਿਹਾ ਦੇਣੇ ਪੈਣੇ ਨੇ ਕਿ ਦੋਨੇ ਪੂਰੇ ਪੂਰੇ ਦੇ ਦੇ ਇਹ ਗੱਡੀ ਦੇ ਮਾਲਕ ਤੇ ਡਿਪੈਂਡ ਹੈ ਚਾਹੇ ਤੇ ਸਾਰੇ ਵੀ ਦਵਾ ਸਕਦਾ ਸੀ ਤੁਸੀਂ ਦੋਗੇ ਹਾਂਜੀ 860 860 ਨੰਬਰ ਜੀ ਬਿਲਕੁਲ ਅੱਛਾ ਜੀ ਰਿਸਪਾਂਸਿਬਿਲਿਟੀ ਦਾ ਇੰਸ਼ੋਰੈਂਸ ਦਾ ਜੇਲ ਕਿ ਇਸਕੀ ਡਿਪੈਂਡੈਂਟ ਉਹ ਜੇਲ ਕਿ ਇਸ ਤੇ ਬਾਰੇ ਗੱਲ ਕਰਨੀ ਚੀ ਠੀਕ ਹੈ ਆਖਰੀ ਆਖਰੀ ਪੇਜ ਪੜਾਂਗਾ 861 ਨੰਬਰ ਪੇਜ ਰਿਸਪਾਂਸਿਬਿਲਿਟੀ ਆ ਪਿਨਾਲੇ ਜੇਲ ਤੋਨੂੰ ਹੱਥ ਕਿਡੀਆਂ ਕਿਦੋਂ ਲੱਗਣਗੀਆਂ ਜੀ ਠੀਕ ਹੈ ਹੱਥ ਕਿਡੀਆਂ ਕਿਦੋਂ ਲੱਗਣਗੀਆਂ ਹੱਥ ਕਿਡੀਆਂ ਕੱਬ ਲੱਗੇਗੀ ਆਪਰ ਜੇਲ ਕੇਸ ਕੱਬ ਬਣੇਗਾ ਜੀ ਠੀਕ ਹੈ ਇੱਥੇ ਤੁਹਾਨੂੰ ਮਿਲੇਗਾ ਇਨਸ਼ਾਅੱਲਾ ਉਪਰ ਸਭ ਨਾਲ ਆ ਪਰ ਜੇਲ ਕਿ ਇਸ ਕਬ ਮਿਲੇਗਾ ਜਿੰਨਾ ਬੰਦਿਆਂ ਦਾ ਨੁਕਸਾਨ ਕਰਨਾ ਹੈ ਸਮਾਨ ਜਿੰਨਾ ਮਰਜ਼ੀ ਸਮਾਨ ਦਾ ਨੁਕਸਾਨ ਹੋ ਜਾਏ ਤੋ ਉਹਨੂੰ ਪਿਨਾਲੇ ਜੇਲ ਕੇਸ ਨਹੀਂ ਹੋ ਸਕਦਾ ਜਿਸ ਵਕਤ ਵੀ ਬੰਦਿਆਂ ਦਾ ਨੁਕਸਾਨ ਕਰਨਾ ਹੈ ਫਿਰ ਜੇਲ ਕੇਸ ਹੋਣਾ ਹੈ ਠੀਕ ਹੈ ਜੇਲ ਕੇਸ ਹੋਣਾ ਜੀ ਪਹਿਲਾ ਨੰਬਰ ਸਵਾਲ ਮੈਂ ਪੜ੍ਹਾਂਗਾ ਨਾ ਰਿਸਪੌਂਸਿਬਿਲਿਟੀ ਦਾ ਪਿਨਾਲੇ ਜੇਲ ਕੇਸ ਹੋ ਗਿਆ ਹੈ ਇਕ ਨੂੰ ਇਸ ਪੈ ਜਾਏਗਾ ਅਗਰ ਸਨੇਸਤਰੋਸ ਤਰ੍ਹਾਂ ਡਾਲੇ ਐਕਸੀਡੈਂਟ ਕਰੋਗੇ ਜੇਲ ਕੇਸ ਪੈ ਜਾਏਗਾ ਅਗਰ ਐਕਸੀਡੈਂਟ ਕਰੋਗੇ ਔਰ ਤੁਸੀਂ ਸੋਰਜੇ ਮਲਵਰ ਸੋ ਜਾਓਗੇ ਕੁਆਲੋਰਾ ਅਗਰ ਹੋ ਗਿਆ ਪ੍ਰੋਵੋਕੀ ਥੋੜਾ ਹੀ ਲੈਸਿਓ ਨੇ ਨੁਕਸਾਨ ਜਾਂ ਗਰਾਵੀ ਵੱਡਾ ਨੁਕਸਾਨ ਹੋ ਗਿਆ ਪਿਰ ਸੋਨੇ ਲੋਕਾਂ ਦਾ ਅਗਰ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਜੇਲ ਕੇਸ ਪੈ ਜਾਏਗਾ ਜੀ ਫਿਰ ਉਹ ਗੱਲ ਹੈ ਜੀ ਗਰਾਵੀ ਕਿ ਨੁਕਸਾਨ ਵੀਰੋ ਦੋ ਫਾਲਸੋ ਨੌਸ ਵਾਲੇ ਵੀਰੋ ਦੋ ਫਾਲਸੋ ਗਰਾਵੀ ਦੇ ਨਵੇਂ ਸਵਾਲ ਵੀਰੋ ਦੋ ਫਾਲਸੋ ਦੋ ਫਾਲਸੋ ਉਹ ਵੀ ਦੱਸ ਦਿਓ ਜੀ ਸਰ ਜੀ ਉਸ ਵਿੱਚ ਇੱਕ ਨੇ ਬ੍ਰੈਕਟ ਵਿੱਚ ਨੂੰਚਾ ਬਲੈਂਤੀ ਆਏਗਾ ਔਰ ਇੱਕ ਮੈਂ ਉਹ ਜਾਂ ਫਿਰ ਅਮਲਾਤੀ ਜਾਂ ਫਿਰ ਸੈਂਪਰੇ ਦੋਨੋਂ ਵਿੱਚੋਂ ਇੱਕ ਹੋਵੇ ਸੈਂਪਰੇ ਕਰ ਲੋ ਕਿ ਗਰਾਵੀ ਕੇ ਸਵਾਲ ਕੇ ਅੰਦਰ ਸੈਂਪਰੇ ਫਾਲਸੋ ਔਰ ਬ੍ਰੈਕਟ ਦੇ ਅੰਦਰ ਆਣਾ ਬਲੈਂਤੀ ਫਾਲਸੋ ਬਾਕੀ ਗਰਾਵੀ ਦੇ ਸਾਰੇ ਵੀਰੋ ਜੀ ਸੱਲੈ ਸਿਓ ਨੇ ਦਾ ਕੀ ਮਤਲਬ ਹੈ ਲੇਸਿਓਨੀ ਲੇਸਿਓਨੀ ਕੇ ਅੰਦਰ ਨੁਕਸਾਨ ਹੋ ਜਾਣਾ ਗਰਾਵੀ ਵੱਡਾ ਸਬ지 ਫਾਲਸੋ ਕਿਹੜੇ ਕਿਹੜੇ ਦੱਸੇ ਪਿਆਰ ਇੱਕ ਬ੍ਰੈਕਟ ਦੇ ਅੰਦਰ ਆਨਾ ਬਲਿਆੰਤੀ ਆਏਗਾ ਆ ਬਲਿਆੰਤੀ ਸੌਰੀ ਆ ਬਲਿਆੰਤੀ ਆ ਬਲਿਆੰਤੀ ਆਏਗਾ ਔਰ ਇੱਕ ਸਵਾਲ ਦੇ ਅੰਦਰ ਸੈਂਪਰੇ ਆਏਗਾ ਉਹ ਗ੍ਰਾਵੀ ਦੇ ਦੋ ਫਾਲਸੋ ਬਾਕੀ ਗ੍ਰਾਵੀ ਦੇ ਨੌ ਵੇਰੋ ਹਰ ਕੀ ਨਿਸ਼ਾਨੀ ਤੇ ਸੌਰੀ ਮੈਂ ਉਹ ਵੀ ਜੀ ਜੀ ਗ੍ਰਾਵੀ ਦੇ 11 ਸਵਾਲ ਨੇ ਨੌ ਵੇਰੋ ਦੋ ਫਾਲਸੋ ਜੋ ਫਾਲਸੋ ਨੇ ਇੱਕ ਦੇ ਅੰਦਰ ਸੈਂਪਰੇ ਆਏਗਾ ਸੈਂਪਰੇ ਹਮੇਸ਼ਾ ਔਰ 1 ਮੇਂ ਬ੍ਰੈਕਟ ਦੇ ਅੰਦਰ ਆ ਬਲੈਂਟਿਆ ਹੈਗਾ ਆ ਬਲੈਂਟੇ ਕੇ ਅੰਦਰ ਵੱਡੀ ਰਾਈਟ ਹਾਂਜੀ ਪੂਰੀ ਕਿਤਾਬ ਦੀ ਨਿਸ਼ਾਨੀ ਜੀ ਪੂਰੀ ਕਿਤਾਬ ਦੀ ਪ੍ਰਤੀ ਨਿਸ਼ਾਨੀ ਟੋਟਲ 11 ਹੀ ਸਵਾਲ ਨੇ ਪੂਰੀ ਕਿਤਾਬ 'ਚ ਹਾਂਜੀ ਗਰੁੱਪ 'ਤੇ ਤੁਸੀਂ ਸਟੈਂਡ ਕਰ ਛੜੀ ਜੀ ਮੈਂ ਉਹ ਸਿਸਟਰ ਗਰੁੱਪ 'ਚ ਭੇਜ ਦਾਂਗਾ ਜੀ ਸਵਾਲ ਨੰਬਰ 2 ਕਹਤਾ ਹੈ ਰਿਸਪੌਂਸਿਬਿਲਿਟੀ ਆ ਪਿਨਾਲੇ ਜੇਲ ਕੇਸ ਤੁਹਾਡੇ ਦੇ ਪੈ ਜਾਏਗਾ ਅਗਰ ਸਨੇਸਤਰੋ ਸਤਰਾਦਾਲੇ ਰੋਡ ਐਕਸੀਡੈਂਟ ਕਰੋਗੇ और ਤੁਸੀਂ ਸੌਰਜੇ ਮਨਵਸ ਹੋ ਗਿਓ ਇਨ ਕਾਜ਼ੋ ਕੇਸ ਆ ਗਿਆ ਓਮੀ ਚੀਦੀਓ ਕਲਪੋਜ਼ੋ ਕਿਸੇ ਬੰਦੇ ਦੀ ਡੈਥ ਹੋ ਗਈ ਹੈ ਜਾਂ ਬੰਦਾ ਕੋਈ ਮਰਨੇ ਦੇ دہانے ਪਰ ਪਹੁੰਚ ਗਿਆ ਹੈ ਮੌਤ ਦੇ ਮੂੰਹ ਮੇ ਚਲਾ ਗਿਆ ਉਸki وجہ سے ਆਪਕੋ ਜੇਲ ਕੇਸ ਹੋ ਜਾਏਗਾ ਜੀ ਓਮੀ ਚੀਦੀਓ ਕਲਪੋਜ਼ੋ ਇਸ ਦਾ ਇੱਕ ਹੀ ਸਵਾਲ ਹੈ ਔਰ ਇੱਕ ਦਾਇਕ ਵੀਰ ਹੈ ਓਮੀ ਚੀਦੀਓ ਕਲਪੋਜ਼ੋ ਕਿਸਨ ਮਾਰਨਾ ਜਾਂ ਕਿਸੇ ਦੀ ਡੈਥ ਹੋ ਜਾਣਾ ਕਿ ਮੌਤ ਦੇ دہਾਨੇ ਪਰ ਪਹੁੰਚ ਜਾਣਾ ਇਸ ਦਾ ਇੱਕ ਹੀ ਸਵਾਲ ਹੈ ਇੱਕ ਕਾਇਕ ਵੀਰ ਹੈ ਠੀਕ ਹੈ ਸਟੂਡੈਂਟ ਸਵਾਲ ਨੰਬਰ 3 ਕੀ ਕਿਹਾ ਗਿਆ ਸਵਾਲ ਨੰਬਰ 3 ਕੀ ਕਹਿੰਦਾ ਜੀ ਰਿਸਪੌਂਸਬਿਲਿਟੀ ਦਾ ਪੈਨਾਲੇ ਜੇਲ੍ਹ ਕੇਸ ਤੁਹਾਡੇ ਦੇ ਪੈ ਜਾਏਗਾ ਸਨੇਸਤਰੋਸ ਤਰਾਦਾਲੇ ਰੋਡ ਐਕਸੀਡੈਂਟ ਤੁਸੀਂ ਕੀਤਾ ਹੈ ਅਗਰ ਤੁਸੀਂ ਸੁਰਜੇ ਮਲਵਸ ਹੋ ਗਿਆ ਆ ਲੋਰਕੇ ਤਹਮ ਵੈਂਗਾਨਾ ਵਿਓ ਲਾਤੇ ਤੁਸੀਂ ਤਰੋੜ ਦਿੱਤਾ ਨੋਰਮੇ ਜਿਹੜਾ ਕਾਨੂੰਨ ਹੈ ਕੁੰਨ ਤੇਮ ਪਨਾਤੇ ਮੁਕੰਮਲ ਕੋਦੀਚੇ ਪੈਨਾਲੇ ਮੁਕੰਮਲ ਜੇਲ੍ਹ ਦਾ ਕਾਨੂੰਨ ਤੁਸੀਂ ਤਰੋੜ ਦਿੱਤਾ ਤੁਹਾਨੂੰ ਜੇਲ੍ਹ ਕੇਸ ਹੋ ਜਾਏਗਾ ਰੁਕ ਗੜੀ ਚ ਨਾ ਦਰਮਿਆਨ ਜਿੰਨੇ ਵੀ ਜੇਲ ਦੇ ਸੂਰ ਨੇ ਜੇ ਇਹ ਕੰਮ ਕਰੋ ਇਹ ਯਰ ਹੋ ਜਾਏਗੀ ਤੁਸੀਂ ਉਹ ਸਾਰੇ ਕਾਨੂੰਨ ਤੋੜ ਦਿੱਤੇ ਨੇ ਵਿਹਲਾਤੇ ਕਰ ਦਿੱਤੇ ਨੇ ਤੇ ਤੁਹਾਨੂੰ ਜੇਲ ਕੇਸ ਹੋ ਜਾਏਗਾ ਅੱਛਾ ਭਈ ਸਟੂਡੈਂਟ ਸਵਾਲ ਨੰਬਰ 4 ਤੁਸੀਂ ਹੈਲਪ ਕਰਨੀ ਹੈ ਸਵਾਲ ਮੈਂ ਪੜ੍ਹਾਂਗਾ ਲੇਕਿਨ ਹੈਲਪ ਤੁਸੀਂ ਕਰਨੀ ਹੈ ਪਹਿਲਾਂ ਪੜ੍ਹਾਂਗਾ ਜੀ ਰਿਸਪੌਂਸਬਿਲਿਟੀ ਆ ਪਿਨਾਲੇ ਜੇਲ ਕੇਸ ਤੋੜਦੇ ਤੇ ਕੁਨੇਸਾ ਪੈ ਜਾਏਗਾ ਅਗਰ ਸਿਨੇਸਤਰੋ ਉਸ ਤਰ੍ਹਾਂ ਨਾਲੇ ਰੋਡ ਐਕਸੀਡੈਂਟ ਕਰੋਗੇ ਤੁਸੀਂ ਸੁਰਜੇ ਮਲਵਸ ਹੋ ਜਾਓਗੇ ਓਹਨੀ ਕਾਜ਼ੂ ਹਰ ਹਾਲਤ ਦੇ ਅੰਦਰ ਮਲਵਸ ਹੋ ਜਾਓਗੇ ਗਲਤੀ ਕਿੱਥੇ ਆਈ ਹੈ ਜੀ ਓਹਨੀ ਕਾਜ਼ੂ ਹਰ ਹਾਲਤ ਦੇ ਅੰਦਰ ਮਲਵਸ ਨਹੀਂ ਹੋ ਸਕਦੇ ਕੇਵਲ ਬੰਦਾ ਬਚ ਵੀ ਸਕਦਾ ਹੈ ਓਹਨੀ ਕਾਜ਼ੂ ਨੇ ਸਵਾਲ ਗਲਤ ਕਰਾਇਆ ਕਿ ਆਰ ਹਾਲ ਦੇ ਅੰਦਰ ਤੁਸੀਂ ਜੇਲ੍ਹ ਕੇਸ ਦੇ ਅੰਦਰ ਜ਼ਰੂਰ ਫਸੋਗੇ ਨਹੀਂ ਭਾਈ ਓਹਨੀ ਕਾਜ਼ੂ ਨੇ ਸਵਾਲ ਗਲਤ ਕਰਾਇਆ ਜੀ ਠੀਕ ਹੈ ਸਵਾਲ ਨੰਬਰ 5 ਮੇ ਵਾਦਾ ਵਾਦਾ ਕੇ ਸਵਾਲ ਵੀ ਰੋਏਗੇ ਫਾਲਸਾ 570 वादा, वादा, वादा सारे वादे सारे वादे वेइकली वादा ਜਿਦਾਂ ਗੱਡੀ ਜਾਂਦੀ ਏ ਕੁੰ ਟੈਂਪਲ ਕੋਨ ਪਲੀਤਾ ਮੈਂਤੇ ਮੁਕੰਮਲ ਦੀ ਸਤਰ ਤੋਂ ਟੁੱਟ ਗਈ ਏ ਵਾਦਾ ਕੇ ਸਾਰੇ ਸਵਾਲ ਫਾਲਸੋ ਹੈ ਛੋਟੀ ਜੀ ਨਿਸ਼ਾਨੀ ਹੈ ਇਹਨੂੰ ਯਾਦ ਰੱਖੋ ਵਾਦਾ ਕੇ ਸਾਰੇ ਸਵਾਲ ਫਾਲਸੋ ਹੈ ਨਿਸ਼ਾਨੀ ਯਾਦ ਰੱਖੋ 6 ਨੰਬਰ ਕਹਿੰਦਾ ਰਿਸਪਾਂਸਿਬਿਲਿਟੀ ਪੈਨਾਲੇ ਜੇਲ੍ਹ ਕੇਸ ਤੁਹਾਡੇ ਤੇ ਪੈ ਜਾਏਗਾ ਅਗਰ ਰੋਡ ਐਕਸੀਡੈਂਟ ਕਰੋਗੇ ਤੁਸੀਂ ਸੁਰਜੇ ਮਲਵਸ ਹੋ ਜਾਓਗੇ ਤੁਤੇ ਕਾਜ਼ੀ ਸਾਰੇ ਕੇਸਾਂ ਦੇ ਅੰਦਰ ਫਸ ਜਾਓਗੇ ਅਗਰ ਦਾਨੀ ਨੁਕਸਾਨ ਕੀਤਾ ਹੈ ਫਿਰ ਸੋਨੇ ਲੋਗਾ ਦਾ ਨੁਕਸਾਨ ਕੀਤਾ ਤਾਂ ਵੀ ਜੇਲ ਹੋਏਗੀ ਅਗਰ ਕੋਜ਼ੇ ਸਮਾਨ ਦਾ ਨੁਕਸਾਨ ਕੀਤਾ ਤਾਂ ਵੀ ਜੇਲ ਹੋਏਗੀ ਅੱਛਾ ਵੀ ਗਲਤੀ ਕਿੱਥੇ ਆਈਏ ਕਿ ਸਰ ਜੀ ਕੋਜ਼ੇ ਤੁੱਤੀ ਵੀ ਤੇ ਕੋਜ਼ੇ ਸਮਾਨ ਦੇ ਨੁਕਸਾਨ ਚ ਜੇਲ ਨਹੀਂ ਹੁੰਦੀ ਕੋਜ਼ੇ ਦੇ ਕੋਜ਼ੇ ਕਹਿੰਦੇ ਨੇ ਸਮਾਨ ਤਾਂ ਸਮਾਨ ਮੇ ਜੇਲ ਨਹੀਂ ਹੁੰਦੀ ਇਹ ਗੱਲ ਫਾਲਸ ਹੈ ਸਰ ਜੀ ਇਹ ਦੁਬਾਰਾ ਦੱਸਿਓ ਸਵਾਲ ਜੀ ਮੈਂ ਦੁਬਾਰਾ ਸਿਸਟਮ ਸਮਝਾ ਦਿੰਦਾ ਕੀ ਰਿਸਪੋਨਸਬਿਲਿਟੀ ਪੈਨਲੇ ਜੇਲ ਕੇਸ ਟੋੜੇ ਦੇ ਕੋਨੇਸਾ ਪੈ ਜਾਏਗਾ ਸਨੇਸਥਰੋਸਤਰਾਦਲੇ ਰੋਡ ਐਕਸੀਡੈਂਟ ਕਰੋਗੇ ਤੁਸੀਂ ਅਗਰ ਸੌਰਜੇ ਮਲਾਵਸ ਹੋ ਗਿਓ ਤੂਤੀ ਕਾਜੀ ਸਾਰੇ ਕੇਸ ਟੋੜੇ ਤੇ ਪੈ ਜਾਣਗੇ ਜੋ ਤੁਸੀਂ ਦਾਨੀ ਨੁਕਸਾਨ ਕੀਤਾ ਹੈ ਅਗਰ ਪਰਸੋਨੇ ਲੋਗਾਂ ਦਾ ਨੁਕਸਾਨ ਕੀਤਾ ਜੇਲ ਹੋਏਗੀ ਕੋਜ਼ੇ ਸਮਾਨ ਦਾ ਨੁਕਸਾਨ ਕੀਤਾ ਜੇਲ ਹੋਏਗੀ ਮੈਂ ਕਹਿਆ ਪਰਸੋਨੇ ਦਾ ਠੀਕ ਹੈ ਲੇਕਿਨ ਸਮਾਨ ਦੇ ਨੁਕਸਾਨ ਤੇ ਜੇਲ ਨਹੀਂ ਹੁੰਦੀ ਔਰ ਬੇਫਿਕਰ ਹੋ ਜਾਓ ਇਸ ਵੀਡੀਓ ਵੀ ਟੋੜ ਤੱਕ ਪਹੁੰਚ ਜਾਏਗੀ अच्छा अभी सवाल नंबर 7 ਕੀ ਕਹਿੰਦਾ ਮੈਂ ਪੜਾਂਗਾ ਲੇਕਿਨ ਖਾਲ ਤੁਸੀਂ ਕਰਾਣਾ ਹੈ ਰਿਸਪੌਂਸਬਿਲਿਟੀ ਪੈਨਾਲੇ ਜੇਲ ਕੇਸ ਕੌਨੇਸਾ ਪੈ ਜਾਏਗਾ ਅਗਰ ਸਿਨੇਸਟਰੋਸਟਰਾਡਾਲੇ ਰੋਡ ਐਕਸੀਡੈਂਟ ਕਰੋਗੇ ਔਰ ਤੁਸੀਂ ਸੌਰਜੇ ਮਲਵਸ ਹੋ ਜਾਓਗੇ ਕੌਨ ਫਰੋਂਟੀ ਜੋ ਹੁੰਦਾ ਹੈ ਪ੍ਰੋਪ੍ਰੀਓਟਾਰਿਓ ਡੇਲ ਵੇਇਕੋ ਦੀ ਗੱਡੀ ਦਾ ਮਾਲਕ ਮਲਵਸ ਹੋ ਜਾਏਗਾ ਸੇ ਇਲ ਕੋਂਡੂਚੈਂਤੇ ਡਰਾਈਵਰ ਸਾਬ ਦੀ ਨੋਨ ਐਸਟਾ ਤੋ ਆਇਡੈਂਟੀਫਿਕੇਟੋ ਡਰਾਈਵਰ ਦੀ شناخت ਨਹੀਂ ਹੋਈ ਜੇਲ ਕੇਸ ਹੋ ਜਾਏ ਮਾਲਕ ਫਾਜੇਗਾ ਕਿ ਆ ਜੇਲ ਕੇਸ ਮੇ ਮਾਲਕ ਜਾ ਸਕਦਾ ਨਹੀਂ ਸਰ ਨਹੀਂ ਜੀ ਅੱਗੇ ਪੜਾ ਕੇ ਨਹੀਂ ਜਾ ਸਕਦਾ ਤੋ